ਅਨੇਕ ਲੋਕਾਂ ਨੂੰ ਸਮਝਾ ਚੁੱਕਾ ਹਾਂ ਕਿ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਅਸੀਂ ਪਟਾਕਾ ਬਰਦਾਸ਼ਤ ਨਹੀਂ ਕਰਨਾ। ਇੱਕ ਮਿੰਟ ਠਹਿਰੋ ਸ਼੍ਰੀਮਾਨ ਜੀ, ਤੁਹਾਡੇ ਸਾਹਮਣੇ, ਤੁਹਾਡੇ ਆਉਣ ਤੋਂ ਪਹਿਲਾਂ ਤੁਹਾਡੇ ਬੇਟੇ ਸਾਹਮਣੇ ਅਤੇ ਹੁਣ ਤੁਹਾਡੇ ਸਾਹਮਣੇ ਮੋਟਰਸਾਈਕਲ ਨੇ ਪਟਾਕਾ ਮਾਰਿਆ ਕਿ ਨਹੀਂ ਮਾਰਿਆ? ਹਾਂ ਇਹ ਬੇਟਾ, ਇਹ ਤੇਰਾ ਗਿਫਟ ਹੈ ਗਾਂ ਵਾਸਤੇ ਧਿਆਨ। ਬੁਲਟ ਦੇ ਪਟਾਕੇ ਵਜਾਉਣ ਵਾਲੇ ਨੌਜਵਾਨ ਚੜ੍ਹੇ ਪੁਲਿਸ ਦੇ ਅੜਿੱਕੇ। ਪੁਲਿਸ ਨੇ ਬੁਲਟ ਦਾ ਚਲਾਨ ਕੱਟ ਕੇ ਨੌਜਵਾਨਾਂ ਨੂੰ ਦਿੱਤਾ ਗਿਫਟ। ਤੁਹਾਨੂੰ ਦੱਸ ਦਿਓ ਕਿ ਖਬਰ ਹੁਸ਼ਿਆਰਪੁਰ ਦੀ ਹੈ, ਜਿੱਥੇ ਸ਼ਹਿਰ ਦੇ ਵਿੱਚ ਇੱਕ ਬੁਲਟ ਵਾਲਾ ਪਟਾਕੇ ਮਾਰਿਆ ਸੀ ਅਤੇ ਜਦੋਂ ਪੁਲਿਸ ਵਾਲਿਆਂ ਨੂੰ ਇਸ ਦੀ ਭਿਣਕ ਲੱਗੀ ਤਾਂ ਉਹਨਾਂ ਨੇ ਮੌਕੇ 'ਤੇ ਜਾ ਕੇ ਰੋਕ ਲਿਆ ਅਤੇ ਮੌਕੇ 'ਤੇ ਪਹੁੰਚ ਕੇ ਉਸ ਨੌਜਵਾਨ ਦੇ ਪਿਤਾ ਨੂੰ ਬੁਲਾਇਆ ਅਤੇ ਪਿਤਾ ਦੀ ਮੌਜੂਦਗੀ ਦੇ ਵਿੱਚ ਪਹਿਲਾਂ ਤਾਂ ਬੁਲਟ ਦੇ ਪਟਾਕੇ ਚੈੱਕ ਕਰਵਾਏ ਅਤੇ ਨਾਲ ਹੀ ਉਹਨਾਂ ਦੇ ਬੁਲਟ ਦਾ ਚਲਾਨ ਕੱਟ ਦਿੱਤਾ। ਜਿੱਦਾਂ ਆਪ ਜੀ ਨੂੰ ਪਤਾ ਕਿ ਜਿਹੜਾ ਕਿ ਇਹ ਜਿਹੜਾ ਬਾਲਕ੍ਰਿਸ਼ਨ ਰੋਡ ਹੈ, ਮਾਨਯੋਗ SSP ਸ਼੍ਰੀ ਸੁਰਿੰਦਰ ਲਾਂਬਾ ਜੀ ਦੀ ਜਿਹੜੀ ਘਰ ਹੈ ਉਹਦੀ ਬੈਕ ਸਾਈਡ 'ਤੇ ਨਾ ਇਹ ਰੋਡ ਪੈਂਦਾ ਹੈ। ਇੱਥੇ ਸਾਨੂੰ ਕਾਫੀ ਲੋਕਾਂ ਨੇ ਕਿਹਾ ਵੀ ਇੱਧਰ ਲੋਕ ਪਟਾਕੇ ਮਾਰਦੇ ਆ, ਪਟਾਕੇ ਮਾਰ ਕੇ ਪਬਲਿਕ ਨੂੰ ਹਰਾਸ ਕਰਦੇ ਆ ਮੋਟਰਸਾਈਕਲਾਂ ਵਾਲੇ। ਅੱਜ ਫਿਰ ਆਪਾਂ ਸਪੈਸ਼ਲ ਇੱਥੇ ਨਾਕਾ ਲਾਇਆ ਅਤੇ ਇੱਥੇ ਆਪਾਂ ਮੋਟਰਸਾਈਕਲ ਵਾਲੇ ਫੜੇ ਆ ਮੁੰਡੇ ਜਿਹਨਾਂ ਨੇ ਪਟਾਕਾ ਮਾਰਿਆ, ਉਹਨਾਂ ਦਾ ਆਪਾਂ ਠੋਕ ਕੇ ਜੋ ਚਲਾਉਣ ਬਣਦਾ ਮੋਟਰ ਵਹੀਕਲ ਐਕਟ ਤਹਿਤ ਉਹ ਕੀਤਾ ਅਤੇ ਉਹਨਾਂ ਨੂੰ ਹੱਥ 'ਚ ਉਹਨਾਂ ਦਾ ਗਿਫਟ ਦਿੱਤਾ ਵੀ ਆਹ ਲਓ, ਨਾਲੇ ਦੇ ਜਾ ਕੇ ਉੱਥੇ ਚਲਾਣ ਭੁਗਤਿਓ ਅਤੇ ਨਾਲੇ ਯਾਦ ਰੱਖੋਗੇ ਕਿ ਸ਼ਹਿਰ ਦੇ ਵਿੱਚ ਜਿਹੜਾ ਪਟਾਕਾ ਉਹ ਕਿਵੇਂ ਮਾਰ। ਮੈਂ ਇਹੀ ਕਹਿਣਾ ਚਾਹੁੰਦਾ ਕਿ ਸ਼ਹਿਰ ਦੇ ਵਿੱਚ ਜਿਹੜਾ ਪਟਾਕਾ ਉਹ ਨਾ ਮਾਰੋ, ਮੋਟਰਸਾਈਕਲ ਦਾ ਪਟਾਕਾ ਨਾ ਮਾਰੋ, ਟ੍ਰਿਪਲਿੰਗ ਨਾ ਕਰੋ, ਗੱਡੀਆਂ ਨੂੰ ਜਾਲੀਆਂ ਨਾ ਲਾਓ। ਜਿਸ ਤਰ੍ਹਾਂ ਆਪ ਸਭ ਨੂੰ ਪਤਾ ਕਿ 26 ਜਨਵਰੀ ਦਾ ਜਿਹੜਾ ਤਿਉਹਾਰ ਉਹ ਬਿਲਕੁਲ ਨੇੜੇ ਆ ਰਿਹਾ। ਅਸੀਂ ਵੀ ਦੇਖੋ ਇਸ ਟਾਈਮ ਸਾਰੇ ਸਰਦੀ ਵਿੱਚ ਖੜ੍ਹੇ ਹਾਂ, ਇਹ ਕਿਹਦੇ ਕਰਕੇ ਖੜ੍ਹੇ ਹਾਂ? ਤੁਹਾਡੇ ਕਰਕੇ ਖੜ੍ਹੇ ਹਾਂ, ਪਬਲਿਕ ਕਰਕੇ ਖੜ੍ਹੇ ਹਾਂ। ਇਹੀ ਮੈਸੇਜ ਹੈ ਕਿ ਤੁਸੀਂ ਨਾ ਪਟਾਕੇ ਮਾਰੋ ਅਤੇ ਨਾ ਇਹ ਜਿਹੜਾ ਸ਼ਹਿਰ ਦਾ ਮਾਹੌਲ ਜਿਹੜਾ ਖਰਾਬ ਕਰੋ। ਅਸੀਂ ਵੀ ਇਸੇ ਕਰਕੇ ਖੜ੍ਹੇ ਹਾਂ ਕਿ ਜਿਹੜੀ 26 ਜਨਵਰੀ ਹੈ ਇਹਦਾ ਜਿਹੜਾ ਹੁਸ਼ਿਆਰਪੁਰ ਦੇ ਲੋਕ ਹੈ ਇਹਦਾ ਆਨੰਦ ਮਾਣ ਸਕਣ। ਸਰ, ਜਿਹੜੇ ਅਸੀਂ ਦੇਖ ਰਹੇ, ਅਮੂਮਨ ਦੇਖਿਆ ਜਾਂਦਾ ਕਿ ਕਈ ਵੱਡੀਆਂ ਗੱਡੀਆਂ ਵਾਲੇ ਹੂਟਰ ਵਗੈਰਾ ਵੀ ਲਗਾਉਂਦੇ ਆ, ਉਹਨਾਂ ਨੂੰ ਕੀ ਕਹੋਗੇ ਜੀ? ਉਹਨਾਂ ਨੂੰ ਵੀ ਇਹ ਵਾਰਨਿੰਗ ਹੈ ਕਿ ਜੇ ਆਪਾਂ ਕਿਸੇ ਗੱਡੀ 'ਤੇ ਹੂਟਰ ਲੱਗਾ ਦੇਖ ਲਿਆ ਉਹਦਾ ਵੀ ਠੋਕੇ ਚਲਾਣ ਕਰਾਂਗੇ। ਫਿਰ ਉਹ ਇਹ ਨਾ ਕਿ ਸਾਨੂੰ ਕਹੇ ਕਿ ਸਾਨੂੰ ਕਿਸੇ ਨੇ ਕੋਈ ਪਹਿਲਾਂ ਦੱਸਿਆ ਨਹੀਂ ਸੀ ਜਾਂ ਸੁਚੇਤ ਨਹੀਂ ਸੀ ਕੀਤਾ। ਅਸੀਂ ਤੁਹਾਡੇ ਮਾਧਿਅਮ ਉਹਨਾਂ ਨੂੰ ਵਾਰਨਿੰਗ ਦੇ ਰਹੇ ਹਾਂ ਕਿ ਜੇ ਕੋਈ ਗੱਡੀ ਨੂੰ ਲੱਗਾ ਹੂਟਰ ਅਸੀਂ PCR ਇੰਚਾਰਜ ਨੇ ਜਾਂ PCR ਨੇ ਫੜ ਲਿਆ, ਬਿਲਕੁਲ ਕਿਸੇ ਵੀ ਕੀਮਤ 'ਤੇ ਉਹਨੂੰ ਸਫੇਰ ਨਹੀਂ ਕੀਤਾ ਜਾਏਗਾ ਅਤੇ ਮੋਟਰ ਵਹੀਕਲ ਐਕਟ ਤਹਿਤ ਉਹਦਾ ਚਲਾਣ ਠੋਕ ਕੇ ਕੀਤਾ ਜਾਏ। ਸਰ, ਧੁੰਦ ਵਗੈਰਾ ਪੈ ਰਹੀ ਆ ਅਤੇ ਉਹਦੇ ਵਾਸਤੇ ਜਿਹੜੇ ਲੋਕ ਆਮੂਮਨ ਰਾਤ ਨੂੰ ਵੀ ਸਫ਼ਰ ਕਰਦੇ ਆ ਜਾਂ ਸਵੇਰੇ ਸਵੇਰੇ ਸਫ਼ਰ ਕਰਦੇ ਆ ਕਾਫੀ ਧੁੰਦ ਦੇ ਵਿੱਚ, ਉਹਨਾਂ ਨੂੰ ਹੌਲੀ ਚਲਾਉਣ ਦੇ ਲਈ ਜਾਂ ਕੁਛ ਰਿਫਲੈਕਟਰ ਵਗੈਰਾ ਲਗਾਉਣ ਦੇ ਲਈ? ਜਿਸ ਤਰ੍ਹਾਂ ਪਤਾ ਕਿ ਇਸ ਟਾਈਮ 'ਤੇ ਜਿਹੜਾ ਮੌਸਮ ਹੈ ਪੰਜਾਬ ਦੇ ਵਿੱਚ ਸਰਦੀ ਦਾ ਮੌਸਮ ਹੈ, ਧੁੰਦ ਬਹੁਤ ਪੈ ਰਹੀ ਹੈ, ਹੁਣ ਵੀ ਬਹੁਤ ਧੁੰਦ ਪੈ ਗਈ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਡਿਊਟੀ ਜਾਣ ਵਾਲੇ ਆਫੀਸਰ ਆ ਸਵੇਰੇ ਉਹ ਅੱਧਾ ਘੰਟਾ ਆਪਣੇ ਘਰ ਤੋਂ ਪਹਿਲਾਂ ਚੱਲੋ ਤਾਂ ਕਿ ਉਹ ਆਰਾਮ ਨਾਲ ਆਪਣੀ ਡਿਊਟੀ 'ਤੇ ਪਹੁੰਚ ਸਕਣ। ਅਗਰ ਬਾਈ ਦੀ ਵੇ ਲੇਟ ਵੀ ਹੋ ਜਾਂਦੇ ਆ ਅੱਧਾ ਘੰਟਾ ਤਾਂ ਘੰਟਾ ਕੋਈ ਗੱਲ ਨਹੀਂ, ਜਾਣ ਤੋਂ ਪਿਆਰਾ ਕੁਛ ਨਹੀਂ, ਆਰਾਮ ਨਾਲ ਜਾਣ, ਆਪਣੀ ਸਪੀਡ ਨੂੰ ਕੰਟਰੋਲ ਦੇ ਵਿੱਚ ਰੱਖ ਕੇ ਜਾਣ ਤਾਂ ਕਿ ਕੋਈ ਐਕਸੀਡੈਂਟ ਨਾ ਵਾਪਰੇ।